ਦੇਖੋ ਜੀ, ਮੈਂ ਬੀਬੀ ਰਜਨੀ ਤਾਂ ਕਦੇ ਬਣ ਨਹੀਂ ਸਕਦੀ ਹੈਗੀ, ਅਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਮੈਂ ਕਦੇ ਵੀ ਇਮੈਜਿਨ ਨਹੀਂ ਕੀਤਾ ਸੀਗਾ ਕਿ ਮੈਂ ਇੱਦਾਂ ਦਾ ਰੋਲ ਪਲੇ ਕਰੂੰਗੀ। ਮੈਨੂੰ ਯਾਦ ਹੈ ਉੱਥੇ ਗਰਮੀ ਬਹੁਤ ਸੀ, ਬਟ ਕੋਂਸਟੈਂਟਲੀ ਸਾਨੂੰ ਆਪਣੇ ਆਪ ਨੂੰ ਰਿਮਾਈਂਡ ਕਰਨਾ ਪੈ ਰਿਹਾ ਸੀ ਕਿ ਸਾਡੇ ਕੋਲ ਕਿੰਨੀਆਂ ਸਹੂਲਤਾਂ ਨੇ ਇੱਥੇ। ਸੌਖਾ ਤਾਂ ਨਹੀਂ ਸੀਗਾ ਜੀ, ਬੀਂਗ ਐਨ ਐਕਟਰ ਮੈਂ ਟ੍ਰੇਨਡ ਐਕਟਰ ਨਹੀਂ ਹੈਗੀ, ਅਤੇ ਸੋ ਈਜ਼ੀ ਨਹੀਂ ਸੀਗਾ। ਬਾਕੀ ਕਿਰਦਾਰਾਂ ਨਾਲੋਂ ਬਹੁਤ ਅਲੱਗ ਗਿਆ ਹੈ। ਮੈਂ ਯੂਜਲੀ ਬਹੁਤ ਲਾਊਡ ਕੈਰੈਕਟਰਸ ਪਲੇ ਕੀਤੇ, ਆਈ ਥਿੰਕ ਇੰਨਾ ਠਹਿਰਾਅ ਵਾਲਾ ਕੈਰੈਕਟਰ ਬਹੁਤ ਹਾਰਡ ਸੀ, ਅਤੇ ਜੋ ਉਹਨਾਂ ਦੀ ਜਰਨੀ ਸੀ ਉਹਦੇ ਕੰਪੈਰੇਟਿਵ ਦਾ ਕੁਛ ਵੀ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਥੋੜ੍ਹਾ ਬੋਲਦੀ ਹਾਂ, ਅਤੇ ਮੈਨੂੰ ਲੱਗਦਾ ਮੈਨੂੰ ਇੰਨਾ ਸੋਹਣਾ ਬੋਲਣਾ ਵੀ ਨਹੀਂ ਆਉਂਦਾ ਜਿੰਨਾ ਸਾਰਿਆਂ ਨੇ ਬੋਲਿਆ ਆ। ਬਟ ਮੈਂ ਇਹੀ ਕਹਿਣਾ ਚਾਹੂੰਗੀ ਜੀ ਕਿ ਸਾਡੀ ਸਾਰੀ ਟੀਮ ਲਈ, ਜਿਹੜੀ ਇੱਥੇ ਨਹੀਂ ਵੀ ਬੈਠੇ ਹੈਗੇ, ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਇਸ ਫਿਲਮ ਦਾ ਪਾਰਟ ਹਾਂ, ਅਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਮੈਂ ਕਦੇ ਵੀ ਇਮੈਜਿਨ ਨਹੀਂ ਕੀਤਾ ਸੀਗਾ ਕਿ ਮੈਂ ਇੱਦਾਂ ਦਾ ਰੋਲ ਪਲੇ ਕਰੂੰਗੀ। ਬਸ ਇਹੀ ਉਮੀਦ ਕਰਦੇ ਹਾਂ, ਜਿੱਦਾਂ ਤੁਸੀਂ ਸੱਚੀ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਹੈ, ਟ੍ਰੇਲਰ ਨੂੰ ਵੀ ਦਿਓਗੇ, ਅਤੇ ਜਦੋਂ ਸਾਡੀ ਫਿਲਮ ਆਊਗੀ 30 ਅਗਸਤ ਨੂੰ ਤੁਸੀਂ ਉਹਨੂੰ ਵੀ ਪਿਆਰ ਦਿਓਗੇ ਜੀ। ਦੇਖੋ ਜੀ, ਮੈਂ ਬੀਬੀ ਰਜਨੀ ਤਾਂ ਕਦੇ ਬਣ ਨਹੀਂ ਸਕਦੀ ਹੈਗੀ, ਉਹ ਤਾਂ ਮਤਲਬ ਪੋਸੀਬਲ ਹੀ ਨਹੀਂ ਹੈਗਾ, ਪਰ ਬਹੁਤ ਵਧੀਆ ਗੱਲ ਹੈ ਜੀ ਕਿ ਇਸ ਇਹਦਾ ਮਤਲਬ ਆਈ ਥਿੰਕ ਸਾਰੇ ਫਿਲਮ ਨਾਲ ਜੁੜੇ ਹੋਏ ਆ, ਅਤੇ ਟੀਜ਼ਰ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਆ, ਸੋ ਮੈਂ ਬਹੁਤ ਪੋਜ਼ੀਟਿਵ ਵੇ 'ਚ ਲੈਣੀ ਹਾਂ। ਬਟ ਇਹ ਵੀ ਹੈ ਜੀ ਕਿ ਮੈਂ ਉਹ ਕਦੇ ਵੀ ਬਣ ਨਹੀਂ ਸਕਦੀ ਹੈਗੀ ਜੀ ਜੋ ਬੀਬੀ ਰਜਨੀ ਜੀ ਸੀਗੇ। ਜਦੋਂ ਦਾ ਉਹ ਅਸੀਂ ਨਗਰੀ ਨਗਰੀ ਅਸੀਂ ਸੌਂਗ ਵੇਖਦੇ ਹਾਂ, ਹਾਂਜੀ, ਤੁਸੀਂ ਰੇਤੇ ਵੇਚਦੇ ਹੋ, ਰੇਡੀ ਲੈ ਕੇ ਜਾ ਰਹੇ ਹੋ, ਮਾਈਂਡ 'ਚ ਚੱਲਦਾ ਸੀਗਾ ਬਾਕੀ ਜਦੋਂ ਬੀਬੀ ਰਜਨੀ ਤਾਂ ਹਕੀਕਤ ਦੇ ਵਿੱਚ ਉਹਨਾਂ ਨੇ ਤਾਂ ਇਹ ਸਫ਼ਰ ਤੈਅ ਕੀਤਾ, ਉਹਨਾਂ ਦੀ ਕੀ ਬੀਤੀ ਹੋਣੀ? ਹਾਂਜੀ ਹਾਂਜੀ, ਆਈ ਥਿੰਕ ਥਰੂ ਆਊਟ ਦਾ ਫਿਲਮ ਚੱਲ ਰਿਹਾ ਸੀ। ਮੈਨੂੰ ਯਾਦ ਹੈ ਉੱਥੇ ਗਰਮੀ ਬਹੁਤ ਸੀ, ਬਟ ਕੋਂਸਟੈਂਟਲੀ ਸਾਨੂੰ ਆਪਣੇ ਆਪ ਨੂੰ ਰਿਮਾਈਂਡ ਕਰਨਾ ਪੈ ਰਿਹਾ ਸੀ ਕਿ ਸਾਡੇ ਕੋਲ ਕਿੰਨੀਆਂ ਸਹੂਲਤਾਂ ਨੇ ਇੱਥੇ, ਅਤੇ ਜੋ ਉਹਨਾਂ ਦੀ ਜਰਨੀ ਸੀ ਉਹਦੇ ਕੰਪੈਰੇਟਿਵ ਦਾ ਕੁਛ ਵੀ ਨਹੀਂ ਹੈਗਾ। ਜੀ ਸੌਖਾ ਤਾਂ ਨਹੀਂ ਸੀਗਾ ਜੀ, ਬੀਂਗ ਐਨ ਐਕਟਰ ਮੈਂ ਟ੍ਰੇਨਡ ਐਕਟਰ ਨਹੀਂ ਹੈਗੀ, ਅਤੇ ਸੋ ਈਜ਼ੀ ਨਹੀਂ ਸੀਗਾ। ਬਾਕੀ ਕਿਰਦਾਰਾਂ ਨਾਲੋਂ ਬਹੁਤ ਅਲੱਗ ਗਿਆ ਹੈ। ਮੈਂ ਯੂਜਲੀ ਬਹੁਤ ਲਾਊਡ ਕੈਰੈਕਟਰਸ ਪਲੇ ਕੀਤੇ, ਆਈ ਥਿੰਕ ਇੰਨਾ ਠਹਿਰਾਅ ਵਾਲਾ ਕੈਰੈਕਟਰ ਬਹੁਤ ਹਾਰਡ ਸੀ। ਬਟ ਅਗੈਨ ਆਈ ਥਿੰਕ ਇਹ ਮੈਂ ਕ੍ਰੈਡਿਟ ਅਮਰ ਅਤੇ ਬਲਜੀਤ ਸਰ ਨੂੰ ਦੇਣਾ ਚਾਹੂੰਗੀ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਸੀ ਮੈਂ ਤੇਜ਼ ਬਹੁਤ ਬੋਲਦੀ ਹਾਂ, ਐਂਡ ਮੈਨੂੰ ਲੱਗਦਾ ਮੇਰੀ ਪੰਜਾਬੀ ਕਾਫੀ ਐਗਰੈਸਿਵ ਆ, ਸੋ ਜੇ ਤੁਸੀਂ ਦੇਖੋਗੇ ਵੀ ਆਈ ਥਿੰਕ ਵੋਇਸ ਕਾਫੀ ਚੇਂਜ ਕਰਨੀ ਪਈ, ਥੋੜ੍ਹੀ ਜਿਹੀ ਪਤਲੀ ਜਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਅਮਰ ਉਹਨਾਂ ਨੇ ਡੀਟੇਲ ਦੇ ਵਿੱਚ ਕੰਮ ਕੀਤਾ, ਸੋ ਇਹ ਸੱਚੀ ਮਿਹਨਤ ਤਾਂ ਬਹੁਤ ਲੱਗੀ, ਬਟ ਇਹ ਕ੍ਰੈਡਿਟ ਮੈਂ ਸੱਚੀ ਡਾਇਰੈਕਸ਼ਨ ਟੀਮ ਨੂੰ ਦੇਣਾ ਚਾਹੂੰਗੀ ਜੀ। ਜਦੋਂ ਸਾਡੀ ਫਿਲਮ ਆਊਗੀ 30 ਅਗਸਤ ਨੂੰ ਤੁਸੀਂ ਉਹਨੂੰ ਵੀ ਪਿਆਰ ਦਿਓਗੇ ਜੀ। ਥੈਂਕ ਯੂ ਜੀ।